ਹਾਂਜੀ 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 ਥੋੜਾ ਸ਼ਾਸ਼ ਹੈਲੋ ਸੋਹਾ ਕੈਸੀ ਹੋ? ਮੈਂ ਬਿਲਕੁਲ ਠੀਕ ਹੂੰ। ਆਪ ਔਰ ਬੱਚੇ ਕੈਸੇ ਹੈਂ? ਹਮ ਬਿਲਕੁਲ ਠੀਕ ਹੈ ਔਰ ਤੁਮੇ ਬਹੁਤ ਯਾਦ ਕਰਤੇ ਹੈਂ, ਖਾਸ ਤੌਰ ਪਰ ਮੋਹਸਿਨ ਭਾਈ। ਮਿਸ ਕਰਤਾ ਹੈ ਵੋ ਮੁਝੇ। ਜ਼ਾਹਿਰ ਸੀ ਬਾਤ ਹੈ, ਸਭ ਸੇ ਜ਼ਿਆਦਾ ਯਾਦ ਕਰਤੇ ਹੈਂ ਵੋ ਤੁਮੇ। ਜਬ ਸੇ ਗਈ ਉਨ੍ਹੋਂਨੇ ਤੋ ਮੁਸਕੁਰਾਨਾ ਹੀ ਛੋੜ ਦਿਆ। ਬਸ ਆਫਿਸ ਜਾਤੇ ਹੈਂ, ਵਾਪਿਸ ਆਤੇ ਹੈਂ, ਨਾ ਕਿਸੀ ਸੇ ਬਾਤ ਕਰਤੇ ਹੈਂ, ਨਾ ਠੀਕ ਸੇ ਖਾਤੇ ਹੈਂ। ਸੋਹਾ ਤੁਮ ਉਨਕੇ ਸਾਥ ਬਹੁਤ ਜ਼ਿਆਦਤੀ ਕਰ ਰਹੀ ਹੋ। ਠੀਕ ਹੈ, ਸੇ ਗਲਤੀ ਹੋਈ ਹੈ, ਲੇਕਿਨ ਇਤਨੀ ਬੜੀ ਸਜ਼ਾ ਤੋ ਮਤ ਦੋ ਨਾ ਤੁਮ। ਗਲਤੀਆਂ ਤੁਮਸੇ ਵੀ ਤੋ ਹੋਈ ਹੈਂ, ਇਤਨਾ ਬੜਾ ਇਲਜ਼ਾਮ ਲਗਾ ਦਿਆ ਤੁਮਨੇ ਮੋਹਸਿਨ ਭਾਈ ਪੇ। ਤੁਮ ਦੋਨੋਂ ਕੋ ਨਾ ਝੁਕਨਾ ਨਹੀਂ ਆਤਾ ਔਰ ਨਾ ਹੀ ਇੱਕ ਦੂਸਰੇ ਕੀ ਗਲਤੀ ਮਾਨਨੀ ਆਤੀ ਹੈ। ਤੁਮ ਮਰਦ ਹੈ, ਵੋ ਤੋ ਬਿਲਕੁਲ ਨਹੀਂ ਝੁਕਨਾ ਚਾਹਤੇ ਹੋਂਗੇ, ਫਿਰ ਵੀ ਵੋ ਤੁਮਹਾਰੇ ਘਰ ਆਏ ਹੈਂ ਤੁਮੇ ਲੇਨੇ ਕੇ ਲੀਏ, ਤੁਮਸੇ ਮਿਲਨੇ ਕੇ ਲੀਏ, ਔਰ ਤੁਮਹਾਰੇ ਅੱਬਾ ਨੇ ਕਿਆ ਕੀਆ, ਧੱਕੇ ਦੇ ਕੇ ਬਾਹਰ ਨਿਕਾਲ ਦਿਆ ਉਹਨੇ। ਵੋ ਕਹਿ ਰਹੇ ਥੇ ਕਿ ਤੁਮ ਉਨਕੇ ਸਾਥ ਰਹਿਣਾ ਨਹੀਂ ਚਾਹਤੇ ਹੋ। ਮੈਂ ਘਰ ਵਾਪਸ ਆਉਣਾ ਚਾਹਤੀ ਹੂੰ। ਤੁਮ ਸੱਚ ਕਹਿ ਰਹੀ ਹੋ? ਮੈਨੇ ਆਪਕੋ ਯਹੀ ਬਤਾਨੇ ਕੇ ਲੀਏ ਫੋਨ ਕੀਆ ਥਾ। ਮੈਂ ਕੱਲ ਆਪਣੇ ਘਰ ਵਾਪਸ ਆ ਰਹੀ ਹੂੰ। ਤੁਮ ਖੁਦ ਮਤ ਆਨਾ, ਮੋਹਸਿਨ ਭਾਈ ਕੋ ਭੇਜੂੰਗੀ, ਬਲਕਿ ਹਮ ਸਭ ਆਏਂਗੇ ਤੁਮੇ ਲੇਨੇ ਕੇ ਲੀਏ। ਸੋਹਾ, ਕਿਤਨੀ ਬੜੀ ਬਾਤ ਬਤਾਈ ਹੈ ਤੁਮਨੇ ਮੁਝੇ, ਬਹੁਤ ਖੁਸ਼ੀ ਕੀ ਬਾਤ ਹੈ। ਠੀਕ ਹੈ, ਅੱਲਾ ਹਾਫਿਜ਼। ਅਜੀਬ ਬਾਤੇਂ ਕਰ ਰਹੇ ਹੈਂ ਆਪ ਵੀ। ਮੋਹਸਿਨ ਸੁਹਾ ਕਾ ਸ਼ੋਹਰ ਹੈ, ਅਗਰ ਵੋ ਉਸਕੇ ਪਾਸ ਜਾਣਾ ਚਾਹਤੀ ਹੈ ਤੋ ਆਪ ਉਸੇ ਰੋਕ ਨਹੀਂ ਸਕਤੇ। ਉਸਨੇ ਜਾਣਾ ਹੀ ਥਾ ਤੋ ਫਿਰ ਆਏ ਕਿਉਂ ਯਹਾਂ? ਵੋ ਉਸਕਾ ਘਰ ਹੈ। ਘਰ ਹੈ, ਵੋ ਘਰ ਇਸ ਲਾਇਕ ਨਹੀਂ ਕਿ ਵਾਂ ਮੇਰੀ ਬੇਟੀ ਰਹਿ ਸਕੇ। ਜਹਾਂ ਉਸ ਪੇ ਹਾਥ ਉਠਾਇਆ ਗਿਆ ਹੋ, ਨੌਕਰੋਂ ਕੀ ਤਰ੍ਹਾਂ ਕਾਮ ਕਰਾਇਆ ਗਿਆ ਹੋ, ਜਿਸ ਬੇਟੀ ਸੇ ਮੈਨੇ ਕਭੀ ਉੱਚੀ ਆਵਾਜ਼ ਮੇਂ ਬਾਤ ਨਹੀਂ ਕੀ, ਉਸਕੇ ਸਾਥ ਯੇ ਸਲੂਕ। ਆਪ ਠੀਕ ਕਹਿ ਰਹੇ ਹੈਂ, ਹਾਥ ਉਠਾਨਾ ਸਹੀ ਬਾਤ ਨਹੀਂ ਹੈ, ਲੇਕਿਨ ਕਾਮ ਕਾ ਜਹਾਂ ਤੱਕ ਸਵਾਲ ਹੈ ਤੋ ਵੋ ਤੋ ਉਸਕਾ ਘਰ ਹੈ ਨਾ, ਇਸਮੇਂ ਨੌਕਰਾਨੀਆਂ ਵਾਲੀ ਕਿਆ ਬਾਤ ਹੈ, ਆਪਣੇ ਘਰ ਮੇਂ ਸਭ ਲੋਗ ਕਾਮ ਕਰਤੇ ਹੈਂ। ਯੇ ਉਸਕਾ ਲਾਈਫ ਸਟਾਈਲ ਨਹੀਂ ਹੈ, ਤੁਮ ਕਿਉਂ ਨਹੀਂ ਸਮਝ ਰਹੀ ਹੋ ਬਾਤ ਕੋ? ਰਜ਼ਾ ਪਲੀਜ਼, ਯੇ ਲਾਈਫ ਸਟਾਈਲ ਉਸਨੇ ਖੁਦ ਚੂਜ਼ ਕੀ, ਆਪਣੀ ਮਰਜ਼ੀ ਸੇ ਸ਼ਾਦੀ ਕੀ ਹੈ ਉਸਨੇ ਮੋਹਸਿਨ ਸੇ, ਵੋ ਨਾਰਾਜ਼ ਹੋ ਕਰ ਆਈ ਉਸਸੇ ਯਹਾਂ ਪਰ। ਅਬ ਅਗਰ ਛੋਟੀ ਮੋਟੀ ਰੰਜਿਸ਼ ਹੋ ਜਾਏ ਤੋ ਉਸਕਾ ਮਤਲਬ ਯੇ ਤੋ ਨਹੀਂ ਕਿ ਰਿਸ਼ਤਾ ਖਤਮ ਕਰ ਦਿਆ ਜਾਏ? ਛੋਟੀ ਮੋਟੀ ਰੰਜਿਸ਼, ਮੋਹਸਿਨ ਭਾਈ ਮੇਰੀ ਅਭੀ ਸੋਹਾ ਸੇ ਬਾਤ ਹੋਈ ਹੈ, ਵੋ ਘਰ ਆਨੇ ਕੇ ਲੀਏ ਤਿਆਰ ਹੈ, ਆਪ ਸੁਬਹ ਜਾ ਕੇ ਉਸੇ ਲੈ ਆਈਏਗਾ। ਉਸਨੇ ਖੁਦ ਕਹਾ ਤੁਮਸੇ? ਹਾਂ ਹਾਂ ਅਭੀ, ਉਸਨੇ ਜੋ ਫੋਨ ਕਰਕੇ ਬਤਾਇਆ ਵੋ ਘਰ ਆਨੇ ਕੇ ਲੀਏ ਤਿਆਰ ਹੈ। ਅਗਰ ਉਸਕੇ ਡੈਡ ਨੇ ਇਨਕਾਰ ਕਰ ਦਿਆ ਤੋ? ਵੋ ਰਾਜ਼ੀ ਹੋ ਗਈ ਹੈ ਨਾ, ਆਪਣੇ ਡੈਡ ਕੋ ਵੀ ਮਨਾ ਲੇਗੀ ਵੋ। ਵੈਸੇ ਤੋ ਹਮ ਸਭ ਕੋ ਉਸੇ ਲੈਣੇ ਜਾਣਾ ਚਾਹੀਏ, ਲੇਕਿਨ ਅੰਮੀ ਕੋ ਤੋ ਜਾਣਤੇ ਹੈ ਨਾ ਆਪ। ਬਸ ਬਸ ਆਪ ਸੁਬਹ ਚਲੇ ਜਾਈਏਗਾ ਔਰ ਉਸਕੋ ਲੈ ਆਈਏਗਾ, ਓਕੇ? ਠੀਕ ਹੈ, ਮੈਂ ਕੱਲ ਹੀ ਲਿਆਉਂਗਾ ਉਸੇ। ਪੈਕਿੰਗ ਹੋ ਗਈ ਤੁਹਾਡੀ? ਜੀ। ਮੋਹਸਿਨ ਆ ਗਿਆ? ਹਾਂ, ਤੁਹਾਡੇ ਬਾਬਾ ਕੇ ਸਾਥ ਬੈਠਾ ਹੋਇਆ। ਬਾਬਾ ਕਾ ਮੂਡ ਕੈਸਾ ਹੈ? ਬਹੁਤ ਖਰਾਬ, ਲੇਕਿਨ ਤੁਮ ਫਿਕਰ ਮਤ ਕਰੋ, ਮੈਂ ਕਾਇਲ ਕਰਨ ਦੀ ਕੋਸ਼ਿਸ਼ ਕਰੂੰਗੀ। ਆ ਜਾਓ। ਬਸ ਜਾ। ਥੈਂਕ ਯੂ। ਤੁਮ ਆਪਣੇ ਫੈਸਲੇ ਪਰ ਕਾਇਮ ਰਹਿਣਾ, ਬਸ ਆਪਣੇ ਪਾਪਾ ਸੇ ਕਹਿਣਾ ਕਿ ਤੁਮ ਆਪਣੇ ਘਰ ਜਾਣਾ ਚਾਹਤੀ ਹੋ ਔਰ ਇਹ ਕਿ ਤੁਮ ਆਪਣਾ ਘਰ ਬਸਾਏ ਰੱਖਣਾ ਚਾਹਤੀ ਹੋ। ਸੋਹਾ ਤੁਮਹਾਰੇ ਸਾਥ ਉਸ ਘਰ ਮੇਂ ਨਹੀਂ ਜਾਏਗੀ ਔਰ ਜਬ ਤੱਕ ਉਸਕੀ ਡਿਲੀਵਰੀ ਨਹੀਂ ਹੋ ਜਾਤੀ, ਹਮ ਖੁਲਾ ਕਾ ਕੇਸ ਵੀ ਨਹੀਂ ਕਰੇਂਗੇ। ਤੁਮ ਜਾਓ ਔਰ
میرا اور اپنا وقت ضائع مت کرو. انکل میں اسے لینے آیا ہوں اور لے کر ہی جاؤں گا، میں جانے والے نہیں یہاں سے. رضا پلیز، محسن ٹھیک کہہ رہے ہیں، آپ سہا کو جانے دیں گھر. تم اس معاملے میں مت پڑو، تم نہیں جانتی ان لوگوں نے اس کے ساتھ کتنے ظلم کیے ہیں. آپ کو پہلے بھی کہہ چکا ہوں میں، آپ کو غلط فہمی ہوئی ہے، کوئی ظلم نہیں کیا ہم نے اس کے ساتھ. اور پھر جب وہ میرے ساتھ جانے کو راضی تو آپ کیوں منع کر؟ وہ تمہارے ساتھ جانے کو تیار نہیں ہے، وہ نہیں جائے گی، اور یہ میرا ہی نہیں اس کا بھی فیصلہ ہے. سہا کہاں جا رہے ہو تم؟ محسن، سہا، محسن، سہا، سہا. محسن، تم اس گھر میں دوبارہ جانا چاہتی ہو جہاں تمہارے ساتھ نوکروں جیسا سلوک کیا گیا، تمہیں دھوکہ دیا گیا، تم پہ ظلم کیا گیا؟ میں تمہیں اس بات کی اجازت نہیں دے سکتا. بالکل بابا، وہ میرا اپنا گھر ہے، حسن شوہر ہے میرا، میں کتنے اور دن یہاں رہ لوں گی، مجھے واپس تو جانا ہے نا بابا. تم اس جہنم میں دوبارہ جانا چاہتی ہو تو پھر یاد رکھنا، اب کی بار کچھ ہوا تو میں تمہارا ساتھ بالکل نہیں دوں گا. اس دفعہ ایسا کچھ بھی نہیں ہوگا بابا، آئی پرومس. ٹھیک ہے، مگر میری ایک شرط ہے کہ محسن یہاں اس گھر میں اپنی ماں اور بہنوں کے ساتھ آئے گا اور تم سے وہ لوگ معافی مانگیں گے، منائیں گے، تو پھر تم چلی جانا. انکل میری امی جان کی طبیعت خراب ہے، ورنہ وہ سہا کو لینے ضرور آتی. رضا پلیز، جانے دے سہا کو، ضد مت کر. ابا پلیز. بابا، بابا، بابا پلیز مجھ سے ناراض مت ہو. امی جان، سہا. السلام علیکم امی. امی جان اب تو منہ ٹھیک کر لیں، اب تو واپس آ گئی ہے. رضا کیا سوچ رہے ہیں؟ سہا کو مس کر رہے ہیں؟
آج میں اپنی بیٹی کی قسمت کو کوس رہا ہوں کہ اس نے ان تمام آسائشوں کو چھوڑ کر ایک جہنم کا انتخاب کر لیا ہے۔ کیسی باتیں کر رہے ہیں آپ؟ سوہا بہت خوش ہے وہاں، میری بات ہوئی ہے اس سے۔ تم کہتی ہو تو مان لیتا ہوں، مگر عالیہ ایک بات بتا دوں، اگر اب میری بیٹی کو ذرا سی بھی تکلیف دی نا انہوں نے، تو میں ان کو کبھی بھی معاف نہیں کروں گا۔ سب ٹھیک ہو جائے گا، آپ پریشان نہ ہو۔